ਨਮਸਕਾਰ ਪ੍ਰੋਗਰਾਮ ਤਾਰੇ ਆਖਦੇ ਨੇ ਵੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਪਿਆਰੇ ਦਰਸ਼ਕੋ ਮੰਗਲ ਦੇ ਗੋਚਰ ਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ ਸਾਰਿਆਂ ਨੂੰ ਹੀ ਤੁਹਾਨੂੰ ਪਤਾ ਕਿ ਮੰਗਲ ਜਿਹੜਾ ਹੈ ਉਹ ਆਲਰੇਡੀ ਜਿਹੜਾ ਚੱਲ ਰਿਹਾ ਸੀਗਾ ਪਹਿਲਾਂ ਕੰਨਿਆ ਰਾਸ਼ੀ ਦੇ ਵਿੱਚ ਸੋ ਹੁਣ ਮੰਗਲ ਜਿਹੜਾ ਅੱਜ ਤੋਂ ਜਿਹੜਾ ਹੈ ਇਹਦਾ ਸਮਾਂ ਪਰਿਵਰਤਨ ਹੋਏਗਾ ਗੋਚਰ ਦੇ ਵਿੱਚ ਰਾਸ਼ੀ ਪਰਿਵਰਤਨ ਹੋਏਗਾ ਅਤੇ ਮੰਗਲ ਹੁਣ ਕੰਨਿਆ ਰਾਸ਼ੀ ਤੋਂ ਆ ਜਾਏਗਾ ਤੁਲਾ ਰਾਸ਼ੀ ਦੇ ਵਿੱਚ ਸੋ ਕੰਨਿਆ ਰਾਸ਼ੀ ਮੰਗਲ ਦੀ ਇੱਕ ਸ਼ਤਰੂ ਰਾਸ਼ੀ ਮੰਨੀ ਜਾਂਦੀ ਸੀਗੀ ਜਿਹਦੇ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਟਰਬਲਸ ਬਹੁਤ ਸਾਰੀਆਂ ਟੈਨਸ਼ਨ ਸੀਗੀਆਂ ਹੁਣ ਕੁਛ ਚੀਜ਼ਾਂ ਉਹ ਘਟਣਗੀਆਂ ਹਾਲਾਤ ਚੇਂਜ ਹੋਣਗੇ ਅਤੇ ਤੁਲਾ ਰਾਸ਼ੀ ਦੇ ਵਿੱਚ ਆਉਣ ਦੇ ਨਾਲ ਜਿਹਨਾਂ ਲੋਕਾਂ ਦਾ ਡਾਇਰੈਕਟਲੀ ਜਿਹੜਾ ਇਸ ਵੇਲੇ ਮੰਗਲ ਦਾ ਯੋਗ ਚੱਲ ਰਿਹਾ ਯਾਨੀ ਕਿ ਉਹਨਾਂ ਦੇ ਜਿਹਨਾਂ ਦੀ ਵੀ ਦਸ਼ਾ ਚੱਲ ਰਹੀ ਹੈ ਖਾਸ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਇਫੈਕਟ ਹੋਏਗਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਕਰਕ ਲਗਨ ਵਾਲਿਆਂ ਦੇ ਲਈ ਕਿੱਦਾਂ ਹੋਏਗਾ ਜਿਹੜੇ ਵੀ ਜਾਤਕ ਨੇ ਕਰਕ ਲਗਨ ਦੇ ਹੁਣ ਮੰਗਲ ਉਹਨਾਂ ਦੇ ਗੋਚਰ ਦੇ ਵਿੱਚ ਦਸਵੇਂ ਘਰ ਦੇ ਵਿੱਚ ਆ ਜਾਏਗਾ ਉਹਨਾਂ ਨੂੰ ਮੰਗਲ ਦੇ ਗੋਚਰ ਦੇ ਕਾਰਨ ਜ਼ਮੀਨ ਜਾਇਦਾਦ ਸੰਬੰਧੀ ਮਾਮਲਿਆਂ ਦੇ ਵਿੱਚ ਨੁਕਸਾਨ ਹੋ ਸਕਦਾ ਹੈ ਫਿਰ ਵਹੀਕਲ ਦੀ ਖਰਾਬੀ ਹੋ ਸਕਦੀ ਹੈ ਸਰਕਾਰ ਦੇ ਨਾਲ ਸਿੱਧੇ ਤੌਰ 'ਤੇ ਵਿਗੜ ਸਕਦੀ ਹੈ ਕੰਮ ਕਾਰ ਚੱਲਣ 'ਚ ਪ੍ਰੋਬਲਮ ਆ ਸਕਦੀ ਹੈ ਉਹਨਾਂ ਦੀ ਮਾਤਾ ਜੀ ਦੀ ਸਿਹਤ ਦਾ ਉਹਨਾਂ ਨੂੰ ਧਿਆਨ ਰੱਖਣਾ ਹੋਏਗਾ ਫਿਰ ਪਰਿਵਾਰਿਕ ਸੁੱਖ ਦੇ ਵਿੱਚ ਕਮੀ ਹੋਣ ਦੇ ਕਾਰਨ ਮਨ ਅਸ਼ਾਂਤ ਹੋ ਸਕਦਾ ਫਿਰ ਉਹਨਾਂ ਦੀ ਜਿਹੜੀ ਹਾਰਟ ਦੀ ਚੈਸਟ ਦੀ ਜਾਂ ਸਾਹ ਸੰਬੰਧੀ ਪ੍ਰੋਬਲਮਸ ਉਹਨਾਂ ਨੂੰ ਘੇਰ ਸਕਦੀਆਂ ਜੇ ਤੁਸੀਂ ਸੋਸ਼ਲ ਕੰਮਾਂ 'ਚ ਹੈਗੇ ਹੋ ਜਾਂ ਰਾਜਨੀਤਿਕ ਕੰਮਾਂ 'ਚ ਹੈਗੇ ਹੋ ਤਾਂ ਕਿਸੇ ਵੀ ਜਨਤਾ ਦੇ ਵਿਰੋਧ ਦੇ ਜਾਂ ਗੁੱਸੇ ਦੇ ਸ਼ਿਕਾਰ ਹੋ ਸਕਦੇ ਹੋ ਧਿਆਨ ਰੱਖਿਓ ਸੋ ਸਿੰਘ ਲਗਨ ਵਾਲੇ ਜਿਹੜੇ ਨੇ ਉਹਨਾਂ ਜਾਤਕਾਂ ਦੇ ਉੱਤੇ ਮੰਗਲ ਉਹਨਾਂ ਦੀ ਜਨਮ ਕੁੰਡਲੀ ਦੇ 11ਵੇਂ ਘਰ ਦੇ ਵਿੱਚ ਆ ਜਾਏਗਾ ਅਤੇ ਉਹਨਾਂ ਨੂੰ ਜਿਹੜਾ ਮੰਗਲ ਦੇ ਇਸ ਗੋਚਰ ਦੇ ਕਾਰਨ ਉਹਨਾਂ ਦਾ ਹਿੰਮਤ ਅਤੇ ਉਹਨਾਂ ਦਾ ਪਰਾਕ੍ਰਮ ਉਹਦੇ ਵਿੱਚ ਵਾਧਾ ਹੋਏਗਾ ਸਰਕਾਰੀ ਅਧਿਕਾਰੀਆਂ ਤੋਂ ਉਹਨਾਂ ਨੂੰ ਲਾਭ ਹੋਏਗਾ ਵਪਾਰ ਦੇ ਵਿੱਚ ਵੀ ਚੰਗੀ ਕਮਾਈ ਦੇ ਸਾਧਨ ਬਣ ਸਕਦੇ ਆ ਇਹੀ ਨਹੀਂ ਜਿਹੜਾ ਹੈ ਉਹਨਾਂ ਨੂੰ ਧਨ ਕਮਾਉਣ ਦੇ ਲਈ ਉਹਨਾਂ ਦੇ ਰਸਤੇ ਵੀ ਖੁੱਲ੍ਹਦੇ ਨਜ਼ਰ ਆਉਣਗੇ ਕੁੱਲ ਮਿਲਾ ਕੇ ਸਿੰਘ ਲਗਨ ਵਾਲਿਆਂ ਦੇ ਲਈ ਮੰਗਲ ਦਾ ਗੋਚਰ ਥੋੜ੍ਹਾ ਬੈਟਰ ਹੋਏਗਾ ਫਿਰ ਕੰਨਿਆ ਲਗਨ ਵਾਲਿਆਂ ਦੀ ਗੱਲ ਕਰਦੇ ਹਾਂ ਅੱਜ ਦੇ ਪ੍ਰੋਗਰਾਮ 'ਚ ਲਾਸਟ ਸੋ ਕੰਨਿਆ ਲਗਨ ਵਾਲੇ ਜਾਤਕ ਜਿਹੜੇ ਨੇ ਮੰਗਲ ਉਹਨਾਂ ਦੀ ਜਨਮ ਕੁੰਡਲੀ ਦੇ 12ਵੇਂ ਘਰ ਦੇ ਵਿੱਚ ਆ ਕੇ ਉਹਨਾਂ ਨੂੰ ਮੰਗਲੀਕ ਵਾਲੀ ਹੀ ਸਥਿਤੀ ਦੇ ਵਿੱਚ ਲਿਆ ਕੇ ਖੜਾ ਕਰੇਗਾ ਜਦੋਂ ਪਤੀ ਪਤਨੀ ਇੱਕ ਦੂਜੇ ਦੇ ਉੱਤੇ ਫਾਲਤੂ ਸ਼ੱਕ ਵੀ ਕਰਦੇ ਰਹਿੰਦੇ ਆ ਸੋ ਮੰਗਲ ਦੇ ਇਸ ਗੋਚਰ ਦੇ ਕਾਰਨ ਇਨਸਾਨ ਦੇ ਸਾਹਸ ਦੇ ਵਿੱਚ ਕਮੀ ਆਏਗੀ ਵਿਦੇਸ਼ ਯਾਤਰਾ ਦੇ ਉੱਤੇ ਧਨ ਖਰਚੋਗੇ ਤਾਂ ਜ਼ਿਆਦਾ ਵਧੀਆ ਰਹੇਗਾ ਨਹੀਂ ਤਾਂ ਧਨ ਖਤਮ ਵੀ ਹੋ ਸਕਦਾ ਯਾਨੀ ਕਿ ਫਾਲਤੂ ਦੇ ਖਰਚੇ ਬਹੁਤ ਸਾਰੇ ਆ ਸਕਦੇ ਆ ਸੋ ਕਈ ਕੰਮਾਂ ਦੇ ਵਿੱਚ ਅਸਫਲਤਾ ਵੀ ਹੋ ਸਕਦੀ ਹੈ ਤੁਹਾਨੂੰ ਇਲਜ਼ਾਮ ਵੀ ਮਿਲ ਸਕਦੇ ਆ ਕੇਅਰਫੁਲ ਰਹੀਓ ਮੁਕੱਦਮਾ ਚੱਲ ਸਕਦਾ ਅਦਾਲਤ ਦੇ ਵੱਲੋਂ ਸਜ਼ਾ ਵੀ ਮਿਲ ਸਕਦੀ ਹੈ ਚਾਰੋਂ ਪਾਸਿਓਂ ਨੁਕਸਾਨ ਦੀ ਸੰਭਾਵਨਾ ਵੱਧ ਸਕਦੀ ਹੈ ਇਸ ਲਈ ਆਉਣ ਵਾਲੇ 57 ਦਿਨ ਤੁਹਾਡੇ ਲਈ ਬਹੁਤ ਜ਼ਿਆਦਾ ਵਧੀਆ ਨਹੀਂ ਹੈਗੇ ਇਸ ਚੀਜ਼ ਦਾ ਖਾਸ ਖਿਆਲ ਰੱਖਿਓ ਇੱਕ ਚੀਜ਼ ਸ਼ਿਓਰ ਹੈ ਕਿ ਬੇਸ਼ੱਕ ਮੰਗਲ ਦਾ ਗੋਚਰ ਤੁਹਾਨੂੰ ਨੁਕਸਾਨ ਪਹੁੰਚਾਉਣ ਵਾਲਾ ਵੀ ਹੋਵੇ ਲੇਕਿਨ ਕਰਵਾਉਣ ਦੀ ਲੋੜ ਨਹੀਂ ਹੈ ਜੇ ਤੁਸੀਂ ਆਪਣੀ ਜਨਮ ਕੁੰਡਲੀ ਜਿਹੜੀ ਹੈ ਉਹ ਦਿਖਾ ਕੇ ਪ੍ਰੋਪਰਲੀ ਆਪਣੇ ਗ੍ਰਹਿਆਂ ਦੇ ਇਲਾਜ ਕਰਵਾ ਕੇ ਉਪਾਅ ਕਰਵਾ ਕੇ ਉੱਦਾਂ ਤੁਸੀਂ ਉਹਨਾਂ ਨੂੰ ਟ੍ਰੀਟ ਕਰਦੇ ਹੋ ਤਾਂ ਉਹਦੇ ਨਾਲ ਨਿਸ਼ਚਿਤ ਰੂਪ ਦੇ ਵਿੱਚ ਆਉਣ ਵਾਲਾ ਸਮਾਂ ਤੁਹਾਡਾ ਕੁਛ ਨਾ ਕੁਛ ਬੈਟਰ ਜ਼ਰੂਰ ਹੋ ਸਕਦਾ ਹੈ ਲੇਕਿਨ ਜੋਤਿਸ਼ ਕਿਉਂਕਿ ਇੱਕ ਕੈਲਕੂਲੇਟਡ ਸਾਇੰਸ ਹੈ ਤਾਂ ਉਹਦਾ ਸਹਾਰਾ ਲੈਣਾ ਕੋਈ ਮਾੜੀ ਗੱਲ ਨਹੀਂ ਹੈ ਬਹੁਤ ਵਧੀਆ ਚੀਜ਼ ਹੈ ਸੋ ਜੇ ਤੁਹਾਨੂੰ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਤਾਂ ਇਹਨੂੰ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਅਤੇ ਨਾਲ ਨਾਲ ਤੁਸੀਂ ਸਾਡੇ ਯੂਟਿਊਬ ਚੈਨਲ ਐਸਟ੍ਰੋਲੋਜਰ ਸੁਖਮਿੰਦਰ ਲੁਧਿਆਣਾ ਇੰਡੀਆ ਅਤੇ ਵੋਇਸ ਆਫ ਏਸ਼ੀਅਨਸ ਦੋਨੇ ਚੈਨਲ ਦੀ ਤੁਸੀਂ ਸਬਸਕ੍ਰਾਈਬ ਕਰਕੇ ਨਵੀਂ ਅਤੇ ਲੇਟੈਸਟ ਜਾਣਕਾਰੀ ਸਭ ਤੋਂ ਪਹਿਲਾਂ ਹਾਸਲ ਕਰ ਸਕਦੇ ਹੋ ਅਤੇ ਸਾਡੇ ਵਟਸਐਪ ਨੰਬਰ 'ਤੇ ਵੀ ਸਾਡੇ ਚੈਨਲਸ ਦਾ ਲਿੰਕ ਮੰਗਵਾਉਣ ਦੇ ਲਈ ਤੁਸੀਂ ਸਾਨੂੰ ਆਪਣਾ ਨਾਮ ਸਿਟੀ ਨੇਮ ਕੰਟਰੀ ਨੇਮ ਲਿਖ ਕੇ ਭੇਜ ਸਕਦੇ ਹੋ ਹੁਣ ਅੱਜ ਦਾ ਰਾਸ਼ੀਫਲ ਮੇਸ ਰਾਸ਼ੀ ਵਾਲੇ ਜਾਤਕ ਜਿਹੜੇ ਨੇ ਪੜ੍ਹਾਈ ਦੇ ਵਿੱਚ ਅੱਜ ਮਨਚਾਹੀ ਜਗ੍ਹਾ 'ਤੇ ਐਡਮਿਸ਼ਨ ਮਿਲਣ ਦੇ ਚਾਂਸਸ ਬਣਦੇ ਆ ਜਦਕਿ ਵਰਿਸ਼ਠ ਰਾਸ਼ੀ ਵਾਲਿਆਂ ਨੂੰ ਬਹੁਤ ਹੀ ਜ਼ਿਆਦਾ ਭੱਜ ਦੌੜ ਭਰਿਆ ਸਮਾਂ ਹੈ ਮਿਥੁਨ ਰਾਸ਼ੀ ਵਾਲੇ ਅੱਜ ਕਿਸੇ ਵਧੀਆ ਉਤਸਵ 'ਤੇ ਜਾ ਸਕਦੇ ਆ ਜਦਕਿ ਕਰਕ ਰਾਸ਼ੀ ਵਾਲੇ ਬਹੁਤ ਜ਼ਿਆਦਾ ਅੱਜ ਟੈਨਸ਼ਨ ਭਰਿਆ ਸਮਾਂ ਹੋ ਸਕਦਾ ਸਿੰਘ ਰਾਸ਼ੀ ਵਾਲੇ ਕੋਈ ਨਾ ਕੋਈ ਝੂਠਾ ਇਲਜ਼ਾਮ ਤੁਹਾਡੇ ਉੱਤੇ ਲੱਗ ਸਕਦਾ ਤੁਲਾ ਰਾਸ਼ੀ ਵਾਲੇ ਜਿਸ ਤਰਫ ਵੀ ਜਾਓਗੇ ਹਰ ਤਰਫ ਥੋੜ੍ਹੀ ਜੈ ਜੈਕਾਰ ਹੋ ਸਕਦੀ ਹੈ ਵਰਿਸ਼ਚਿਕ ਰਾਸ਼ੀ ਵਾਲਿਆਂ ਦੇ ਲਈ ਕਿਸਮਤ ਦਾ ਸਤਾਰਾ ਥੋੜ੍ਹਾ ਜਿਹਾ ਪ੍ਰੋਬਲਮਸ ਦੇਣ ਵਾਲਾ ਹੈ ਧਨੂ ਰਾਸ਼ੀ ਵਾਲੇ ਜਿਸ ਅੱਜ ਦਾ ਦਿਨ ਜਿਹੜਾ ਹੈ ਤੁਹਾਡੇ ਲਈ ਕਾਫੀ ਜ਼ਿਆਦਾ ਅੱਛਾ ਸਾਬਿਤ ਹੋ ਸਕਦਾ ਮਕਰ ਰਾਸ਼ੀ ਵਾਲੇ ਜਿਹੜੇ ਨੇ ਤੁਸੀਂ ਥੋੜ੍ਹਾ ਜਿਹਾ ਖਰਚਿਆਂ ਦਾ ਧਿਆਨ ਰੱਖਿਓ ਨਹੀਂ ਤਾਂ ਖਰਚੇ ਜ਼ਿਆਦਾ ਹੋਣ ਦੇ ਕਾਰਨ ਮਨ ਪਰੇਸ਼ਾਨ ਹੋ ਸਕਦਾ ਕੁੰਭ ਰਾਸ਼ੀ ਵਾਲੇ ਪਿਤਾ ਜੀ ਦੇ ਨਾਲ ਅੱਜ ਵਿਗੜਨ ਦੀ ਚਾਂਸਸ ਬਣ ਸਕਦੇ ਆ ਅਤੇ ਮੀਨ ਰਾਸ਼ੀ ਵਾਲੇ ਤੁਹਾਡੀ ਗੱਡੀ ਹਾਈਵੇ ਦੇ ਉੱਤੇ ਖਰਾਬ ਹੋ ਸਕਦੀ ਹੈ ਬਹੁਤ ਧਿਆਨ ਦੇ ਨਾਲ ਚਲਾਈਓ ਅਤੇ ਉਹਦੇ ਪਹਿਲਾਂ ਹੀ ਐਗਜ਼ਾਮਿਨ ਕਰ ਦਿਓ ਤਾਂ ਕਿ ਕੋਈ ਵੀ ਪ੍ਰੋਬਲਮ ਨਾ ਦੇਵੇ ਸੋ ਬਹੁਤ ਸਾਰੇ ਦਰਸ਼ਕ ਪੁੱਛਦੇ ਆ ਕਿ ਸੁਖਮਿੰਦਰ ਜੀ ਅਸੀਂ ਵੀ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ ਤੁਹਾਡੇ ਤੋਂ ਰਤਨ ਅਤੇ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ ਵਾਸਤੂ ਦਾ ਵਿਜ਼ਿਟ ਕਰਾਉਣਾ ਚਾਹੁੰਦੇ ਹਾਂ ਜਾਂ ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹਾਂ ਪਿਆਰੇ ਦਰਸ਼ਕੋ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਟਾਈਮ ਲੈ ਲਿਓ ਫਿਰ ਆ ਕੇ ਪੁੱਛ ਸਕਦੇ ਹੋ ਜਾਂ ਟੈਲੀਫੋਨਿਕ ਅਪੁਆਇੰਟਮੈਂਟ ਵੀ ਲੈ ਸਕਦੇ ਹੋ ਸਾਡਾ ਪਤਾ ਨੋਟ ਕਰ ਲਓ ਐਸਟ੍ਰੋਲੋਜਰ ਸੁਖਮਿੰਦਰ 30G ਸਰਾਭਾ ਨਗਰ ਲੁਧਿਆਣਾ ਪੰਜਾਬ ਇੰਡੀਆ ਫੋਨ ਨੰਬਰ 9417020533 ਅਤੇ
WhatsApp number 9872625333। ਜਾਣ ਤੋਂ ਪਹਿਲਾਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਜਾ ਮਾਂ ਦਾ। ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਛੁੱਕ ਕੇ ਜਾਇਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਇਓ, ਗੁਰੂ ਜਨਾਂ ਦੇ ਦੱਸੇ ਰਸਤੇ 'ਤੇ ਚੱਲਿਓ, ਝੂਠ ਨਾ ਬੋਲਿਓ, ਗਾਲਾਂ ਨਾ ਕੱਢਿਓ, ਕਿਸੇ ਦਾ ਮਾੜਾ ਨਾ ਕਰਿਓ, ਤਕਦੀਰ ਬਹੁਤ ਵਧੀਆ ਹੋ ਜੂਗੀ। ਧੀਆਂ ਨੂੰ ਕੁੱਖਾਂ 'ਚ ਨਾ ਮਾਰਿਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਇਓ, ਨਸ਼ਾ ਤੋਂ ਪਰਹੇਜ਼ ਕਰਿਓ ਅਤੇ 10 ਵੰਦ ਕੱਢ ਕੇ ਨੇਕ ਕੰਮਾਂ 'ਚ ਖਰਚ ਕਰਦੇ ਰਹੀਓ, ਤੁਹਾਡੀ ਸਾਰੀ ਲਾਈਫ ਬਹੁਤ ਜ਼ਿਆਦਾ ਵਧੀਆ ਹੋ ਗਈ। ਸਾਡੇ ਕੋਲ ਬਹੁਤ ਸਾਰੇ ਲੋਕਾਂ ਦੇ ਕਾਲਜ ਆਉਂਦੇ ਆ ਕਿ ਉਹਨਾਂ ਨੇ ਪੜ੍ਹਿਆ ਕਿਤੇ ਕਿ ਮਨਚਾਹਾ ਵਸ਼ੀਕਰਨ ਕਰਵਾ ਸਕਦੇ ਹੋ, ਅਤੇ ਉਹਨਾਂ ਨੇ ਉੱਥੇ ਕਾਲ ਕੀਤੀ, ਉੱਥੇ ਉਹਨਾਂ ਨੇ ਹਜ਼ਾਰਾਂ ਰੁਪਏ ਦਿੱਤੇ, ਲੇਕਿਨ ਕੁਛ ਨਹੀਂ ਹੋਇਆ। ਪਿਆਰੇ ਦਰਸ਼ਕੋ, ਇੱਦਾਂ ਦਾ ਜੋਤਿਸ਼ ਦੇ ਵਿੱਚ ਕੁਛ ਵੀ ਨਹੀਂ ਹੁੰਦਾ ਜਿੱਦਾਂ ਕੋਈ ਮਨਚਾਹਾ ਵਸ਼ੀਕਰਨ ਜਾਂ 5 ਮਿੰਟ ਦੇ ਵਿੱਚ ਉਪਾਏ ਜਾਂ 2 ਦਿਨ ਦੇ ਵਿੱਚ ਰਿਜ਼ਲਟਸ। ਸਿਰਫ ਇਹ ਚੀਜ਼ਾਂ ਜੋਤਿਸ਼ ਦੇ ਨਾਮ 'ਤੇ ਤੁਹਾਨੂੰ ਬੇਵਕੂਫ ਬਣਾਉਣ ਵਾਲੀਆਂ ਹੈਗੀਆਂ, ਅਤੇ ਸਿਰਫ ਉਹੀ ਲੋਕ ਕਰਦੇ ਆ ਜਿਨ੍ਹਾਂ ਨੂੰ ਜੋਤਿਸ਼ ਨਹੀਂ ਆਉਂਦਾ ਲੇਕਿਨ ਤੁਹਾਨੂੰ ਲੁੱਟਣਾ ਚਾਹੁੰਦੇ ਆ, ਅਤੇ ਜਿਹਦੇ ਨਾਲ ਬਦਨਾਮ ਜੋਤਿਸ਼ ਹੁੰਦਾ। ਸੋ ਇਹਨਾਂ ਚੀਜ਼ਾਂ ਤੋਂ ਅਵਾਇਡ ਕਰੋ। ਕੱਲ੍ਹ ਫਿਰ ਮਿਲਾਂਗੇ ਜੀ, ਨਮਸਕਾਰ।